ਮੇਰਾ ਨਾਮ ਰੋਬਿਨ ਹੈ ਸਰ। ਠੀਕ ਹੈ ਵੀਰੇ, ਕਿੱਥੋਂ ਬਿਲੋਂਗ ਕਰਦੇ ਹੋ ਤੁਸੀਂ? ਅਸੀਂ ਮਾਨਸਾ। ਠੀਕ ਹੈ ਬਾਈ, ਹੈਗੇ ਮਾਨਸੇ ਤੋਂ ਅਤੇ ਬਠਿੰਡੇ ਸਪੈਸ਼ਲ ਕੰਮ ਕਰਨ ਆਇਆ ਕੁੱਲੜ ਪੀਜ਼ੇ ਦਾ। ਵੀਰੇ ਜਿਵੇਂ ਕਿ ਫਰੰਟ ਕੁੱਲੜ ਪੀਜ਼ੇ ਦਾ ਨਾਮ 'ਤੇ, ਇੱਥੇ ਸਾਰਾ ਪ੍ਰੋਪਰ ਐਡਰੈਸ ਤੁਸੀਂ ਦੇਖ ਸਕਦੇ ਹੋ ਵੀਰੇ, ਜਿਹੜਾ ਚੌਂਕ ਹੈ ਆਪਣਾ। ਵੈਲਕਮ ਬੈਕ ਟੂ ਲੱਕੀ ਕਰਨ ਵੀਰੇ ਦੇ ਸ਼ੋਅ ਉੱਤੇ। ਕਿਹੜਾ ਸ਼ੋਅ? ਉਹ ਬੈਜ ਮਾਰ ਦੋ ਜਿੰਦ ਸਾਰੇ ਬਲੌਗ ਦੀ। ਸੋ ਹੇ ਗਾਇਸ, ਵੈਲਕਮ ਬੈਕ ਟੂ ਦਾ ਨਵਾਂ। ਸੋ ਹੇ ਗਾਇਸ, ਵੈਲਕਮ ਬੈਕ ਟੂ ਦਾ ਨਵਾਂ। ਸੋ ਹੇ ਗਾਇਸ, ਵੈਲਕਮ ਬੈਕ ਟੂ ਦਾ। ਸੋ ਹੇ ਗਾਇਸ, ਵੈਲਕਮ ਬੈਕ ਟੂ ਦਾ ਨਵਾਂ ਬਲੌਗ ਸ਼ੋਅ। ਪਹਿਲੀ ਵਾਰ ਆ ਰਿਹਾ ਤਾਂ ਕਰਕੇ ਥੋੜੇ ਨਰਵਸ ਹੋ ਰਿਹਾ, ਬਟ ਆਪਾਂ ਸਟਾਰਟ ਜ਼ਰੂਰ ਕਰਾਂਗੇ। ਪਹਿਲੀ ਵਾਰ ਕੰਟੈਂਟ ਮੈਨੂੰ ਪਾਉਣ ਨੂੰ ਗਿਆ, ਤਾਂ ਕਰਕੇ ਇੰਨਾ ਟਾਈਮ ਲੱਗ ਰਿਹਾ ਬੋਲਣ ਚ। ਕੋਈ ਨੀ, ਆਪਾਂ ਨਵਾਂ ਸ਼ੋਅ ਸਟਾਰਟ ਕਰਦੇ, ਮੇਰਾ ਬਲੌਗ ਸਟਾਰਟ ਕਰਾਂਗੇ ਆਈਫੋਨ ਤੇ। ਕੋਈ ਨੀ, ਹੁਣ ਕਰਾਂਗੇ ਸਟਾਰਟ ਨਵਾਂ ਬਲੌਗ, ਕੰਟੈਂਟ ਲਿਆ ਕੇ ਆਵਾਂਗੇ। ਵੀਰੇ ਦਾ ਚੱਲ ਚੱਲਿਆ ਨੀ ਬਲੌਗ, ਕੀ ਪਤਾ ਮੇਰਾ ਚੱਲ ਜੇ, ਕੀ ਪਤਾ ਕੱਲ ਨੂੰ ਮੈਨੂੰ ਕਿਸ ਨਾਮ ਤੇ ਬਣਾ ਗਿਆ। ਗਰੀਬਾਂ ਨੂੰ ਵਿੱਚ ਜਰੂਰ ਲੈ ਕੇ ਆਉਣਾ ਆਪਾਂ, ਗਰੀਬ ਔਰ ਗਰੀਬ ਤੁਸੀਂ ਸਾਡੇ ਵਰਗੇ ਗਰੀਬ ਬੰਦੇ ਨੂੰ ਆਪਦੇ ਮਤਲਬ ਕੀ ਕਰ ਲੈਣੇ ਕੱਲ ਨੂੰ, ਫਿਰ ਮੈਨੇ ਵੀ ਸ਼ੋਅ ਸਟਾਰਟ ਕਰਨਾ ਹੈ, ਕੀ ਪਤਾ ਮੈਂ ਚੜ੍ਹ ਚੁੜ ਜਾਵਾਂ। ਆ ਭਰਾ ਤਾਂ ਚੜੇ ਨੇ ਆਪਣੇ, ਕੀ ਪਤਾ ਮੇਰੇ, ਕੀ ਪਤਾ ਮੇਰੀ ਵੀਡੀਓ ਨਾਲ ਚੜ ਜਾਣ। ਜਿੱਦਾਂ ਕਿਤੇ ਵੀਡੀਓ ਰੁੜ ਗਈ ਉਧਰ ਕੰਮ ਹੋ ਜਾਊਗਾ। ਜੋ ਸਾਡਾ ਸ਼ਡਿਊਲ ਅਸੀਂ ਉਹੀ ਲਾ ਰਹੇ ਹਾਂ, ਤੇ ਪਕੌੜੇ ਸਾਰਿਆਂ ਨੇ ਸ਼ਡਿਊਲ ਚੇਂਜ ਕਰਤਾ, ਤਾਂ ਉਹ ਬੈਗ ਬੂਗ ਲਾਈ ਜਾਂਦੇ। ਮੈਂ ਕਿਹਾ ਟੈਨਸ਼ਨ ਲਾਤਾ, ਇਹੀ ਸ਼ਡਿਊਲ ਲਾਵਾਂਗੇ। ਚੱਲ ਚੱਲ ਚੱਲ, ਚੋਬਰ ਖਿੱਚ ਕੇ ਜ਼ੋਰ ਮਾਰ ਕੇ, ਬੰਦੇ ਨੇ ਹਿੰਮਤ ਨਹੀਂ ਹਾਰਨੀ। ਆ ਦੇ ਲੰਗੋਟ ਪਹੁੰਚ ਗਏ ਇੱਥੇ, ਆ ਦੇ ਐ ਗੁੱਡਾ ਹੋਇਆ ਹੋਏ। ਚੱਲ ਚੱਲ ਚੱਲ, ਬਹੁਤ ਵਧੀਆ ਬਹੁਤ ਵਧੀਆ ਪ੍ਰਿੰਸ, ਕੁਛ ਵੀ ਵੇਟ ਨਹੀਂ, ਐਵੇਂ ਹਿੰਮਤ ਹਾਰੀ ਜਾਂਦਾ, ਵਧੀਆ ਲਾਈ ਜਾਂਦਾ। ਕੀ ਹੋ ਗਿਆ, ਕੀ ਹੋ ਗਿਆ?
ਪਾਜੀ ਭੁੱਖਾ ਕਰੇ ਬੱਬੇ ਹੋਣਾ ਯਾਰ ਆ ਰਿਹਾ ਕਿੰਨੇ ਔਖੇ ਕਿੰਨੇ ਹੋ ਰਹੇ ਨੇ ਮੂੰਹ ਦੇਖੋ ਭਾਜੀ ਦਾ ਹਲ ਤਾਂ ਵੀਹ ਆ ਸਾਹ ਬਾਹਰ ਆਏ ਪਏ ਨੇ ਐਕਸਪ੍ਰੈਸ਼ਨ ਤੋਂ ਪਤਾ ਨਹੀਂ ਲੱਗ ਰਿਹਾ ਪਰ ਅੰਦਰੋਂ ਸਾਹ ਬਾਹਰ ਆਏ ਪਏ ਨੇ ਚੱਲ 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 ਜਾਣਦੇ ਜਾਣਦੇ ਚੱਲ 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 ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਿੰਮਤੀ ਹੈ ਤੂੰ ਬੰਦਾ 15 ਸਟੈਪ ਪੂਰੇ ਕਰ ਲਈ ਆਪਦੇ ਖੜਖੜਾਉਣ ਲੱਗ ਗਿਆ ਚੱਲ ਤੇਜ਼ੀ ਚੱਲ ਕਰਦੇ ਤੇਜ਼ੀ ਵਰਕਆਊਟ 'ਚ ਵੀ ਕਦੋਂ ਤੱਕ ਭੈਣ ਤੇ ਸਲੋਅ ਰਹੂਗਾ ਹੁਣ ਤਾਂ ਵਿਆਹ ਨੂੰ ਵੀ ਬਹੁਤ ਟਾਈਮ ਹੋ ਗਿਆ ਤੇਰੇ ਹੁਣ ਤਾਂ ਤੇਜ਼ੀ ਦਿਖਾ ਸਕਦਾ ਇਸ 'ਚ ਤੂੰ ਲੰਘ ਲੈਣਾ ਐਂ ਦੇ ਪਰਸਨਲ ਜਾਵਾਂ ਨਾ ਜਾਵਾਂ ਮੈਂ ਤੇਜ਼ੀ ਗੁੱਸਾ ਹੈਗਾ ਤੂੰ ਬੋਲ ਬਹੁਤ ਠੀਕ ਹੈ ਬਸ ਜਦੋਂ ਉਹ ਨੀ ਗੁੱਸਾ ਹੋ ਰਿਹਾ ਤੂੰ ਕੀ ਭੁੱਲੀ ਨਾ ਫਿਰ ਬਸ ਕਹਿ ਚੁੱਪ ਹੈ ਚੁੱਪ ਹੈ ਕਹਿੰਦਾ ਚੁੱਪ ਹੈ ਦੇਖ ਲਾ ਇਹਨੂੰ ਸਾਲੇ ਨੂੰ ਮੈਂ ਉਹ ਪਾਰਟੀ ਤੋਂ ਬਚ ਜਾ ਇਹਨੂੰ ਮੈਂ ਜਵਾਕ ਵਾਲੀ ਪਾਰਟੀਆਂ ਦੇਣੀ ਪਏ ਮੈਨੂੰ ਬਚ ਕੇ ਜਾਏਗਾ ਕਿਤੇ ਬਚ ਕੇ ਸਾਲਿਆ ਆਉਣਾ ਤਾਂ ਸਾਡੇ ਕੋਲ ਹੀ ਆ ਬਹੁਤ ਗਰਮੀ ਹੈ ਓਏ ਅੱਜ ਤਾਂ ਜਿੰਮ 'ਚ ਅੱਜ ਤਾਂ ਬਹੁਤ ਗਰਮੀ ਹੈ ਬਾਬੇ ਦਿਖਾਈ ਡੋਲੇ ਫਲੈਕਸ ਕਰੀ ਸਾਲਾ ਕੱਛਾਂ ਦੇ ਵਾਲ ਤਾਂ ਸਾਫ਼ ਕਰ ਲਿਆ ਕਰ ਉਹਦੇ ਸਾਲਾ ਇੰਨੇ ਵਾਲ ਹੈ ਗੁੱਤ ਹੋ ਜਾਏ ਥੱਲੇ ਉੱਪਰ ਕਰੀ ਸਾਲਾ ਇੰਨੇ ਵਾਲ ਜੂੜਾ ਹੋ ਜਾਏ ਥੱਲੇ ਦੇਖ ਲੈ ਮੋਹਿਤਰੇ ਵੀ ਗੁੱਤ ਹੋ ਜੂਗੀ ਥੱਲੇ ਸੋ ਵੀਰੇ ਸਾਡੇ ਬੰਦੇ ਸਾਡਾ ਜਗਾੜ ਸੈੱਟ ਕਰਦੇ ਹੋਏ ਹੁਣ ਲਾਵਾਂਗੇ ਅਸੀਂ ਚੈਸਟ ਦੀ ਲਾਸਟ ਐਕਸਰਸਾਈਜ਼ ਅਤੇ ਜੀ ਹੁੰਦਾ ਵੈ ਉਹ ਬੈਠਾ ਅੱਗੇ ਉਹ ਕਾਂ ਡੋਡਾ ਉਹਦੇ ਉਹ ਟ੍ਰੇਨਿੰਗ ਦੇਈ ਜਾਂਦਾ ਉਹਨੂੰ ਆਪਦੇ ਚਾਰ ਹੱਡੀਆਂ ਉਹਨੂੰ ਵੀ ਟ੍ਰੇਨਿੰਗ ਦੇਈ ਜਾਂਦਾ ਉਹਦੀ ਏਜ ਬਣਾ ਦੋ ਵਿਚਾਰੇ ਦੀ ਮਾਰੇ ਉਹਨੂੰ ਆਵਾਜ਼ ਮਾਰੀ ਹੋਏ ਜ਼ੋਰ ਕੇ ਬੋਲ ਬਲਵੜਾ ਨੂੰ ਗਿਆਨ ਦੇ ਜਾਂਦਾ ਉਹਦੇ ਪਿਓ ਨੂੰ ਆਪਦੀ ਬੋਡੀ ਨਹੀਂ ਬੰਦੀ ਹੋਰਾਂ ਨੂੰ ਗਿਆਨ ਦੇ ਜਾਂਦੇ ਮਾਂ 'ਚ ਬਈ ਬਹੁਤ ਉੱਥੇ ਜੀ ਓਏ ਹੋਏ ਹੋਏ ਨੰਗਾ ਦੀ ਜਿੰਮ 'ਚ ਲੈਟ ਚਲੀ ਗਈ ਸਵਾਰੇ ਜਿੰਮ 'ਚ ਲੈਟ ਚਲੀ ਗਈ ਕੀ ਕਹਿ ਰਿਹਾ ਸੀ ਤੇ ਜੀ ਤੂੰ ਕੁਛ ਬੋਲ ਰਿਹਾ ਸੀਗਾ ਤੂੰ ਕੀ ਕਹਿ ਰਿਹਾ ਸੀਗਾ ਨਹੀਂ ਬੋਲਿਆ ਸੀ ਤੂੰ ਹੁਣ ਚੁੱਪ ਕਰ ਗਿਆ
ਬਣਾਉਣੀ ਨਹੀਂ ਕਈ ਚੂਚੇ ਲੋਕਾਂ ਨੂੰ ਆਪਣੇ ਤੋਂ ਪ੍ਰੋਬਲਮ ਹੁੰਦੀ ਦਿੱਕਤ ਹੋ ਰਹੀ ਹੈ ਠੀਕ ਹੈ ਤੁਸੀਂ ਲੀਡ ਮਾਰ ਰਿਹਾ ਕਿਹਾ ਆ ਦੇਖ ਲੈ ਕਿਹੜਾ ਲੀਡ ਮਾਰ ਰਿਹਾ ਜਮਾ ਨਹੀਂ ਬਾਈ ਜਿਹੜੀ ਮਾਰੂੰਗੇ ਬਾਈ ਜਮਾ ਨਹੀਂ ਫਿਰ ਅਗਲਾ ਯਾਰ ਕਿਸ ਚੀਜ਼ ਦੀ ਬੇਇੱਜ਼ਤੀ ਨਾਲ ਬਣਾ ਦਾ ਆਪਾਂ ਗਲਤ ਬੋਲੇ ਪਾਰਟੀ ਕਰਕੇ ਗਲਤ ਬੋਲੇ ਆ ਪਾਰਟੀ ਵੀ ਲੈਣੀ ਪਰਫਿਊਮ ਕੱਢ ਲਿਆ ਮੇਰੇ ਬੈਗ ਚੋ ਸਮੈਲ ਬਹੁਤ ਆ ਰਹੀ ਹੈ ਕਹਿ ਦੇ ਉਹਨੂੰ ਕਿ ਮੇਰੇ ਬੈਗ ਚੋਂ ਕੱਢ ਲਿਆ ਕੱਢਣਾ ਤਾਂ ਉਹ ਯਾਰ ਤੁਰਦਾ ਦੇ ਸਾਲਾ ਮਕੌੜਾ ਆ ਲਾ ਕੀ ਹੋ ਗਿਆ ਲੈ ਹਜੇ ਤਾਂ ਭੈਣ ਡਰਾਈ ਸੇਬੀ ਲਾਣੀ ਆ ਆਪਾਂ ਇੰਨੀ ਜੀ ਬੋਲਦੀ ਬੰਦ ਹੋ ਗਈ ਹੈ ਓਏ ਇੰਨੀ ਜੀ ਬੋਲ ਗਿਆ ਮੈਂ ਹਜੇ ਤਾਂ ਡਰਾਈ ਸੇਬੀ ਲਾਣੀ ਆ ਫਲੈਕਸ ਕਰੋ ਦੋਨੇ ਫਲੈਕਸ ਕਰੋ ਫਲੈਕਸ ਕਰੋ ਦੋਨੇ ਮਿਲ ਕੇ ਫਲੈਕਸ ਕਰੋ ਉਹਦੇ ਮੰਨੂ ਪਿੱਛੇ ਖੜ ਕੇ ਫਲੈਕਸ ਉੱਥੇ ਖੜ ਕੇ ਫਲੈਕਸ ਕਰੋ ਮੈਂ ਇੱਥੇ ਨਹੀਂ ਬਣਾਉਣੀ ਉੱਥੇ ਬਣਾ ਬਣਾ ਪੋਜ ਤਾਂ ਬਣਾ ਦੇ ਪੋਜ ਬਣਾ ਪੋਜ ਹਾਂ ਜੀ ਤੈਨੂੰ ਕੀ ਲੱਗਦਾ ਇਹ ਬੋਡੀ ਹੈ ਕਿ ਭੁੱਖ ਮਰੀ ਹੈ ਬੋਲ ਲੈ ਮੈਂ ਕੁਛ ਪੁੱਛਿਆ ਇੱਧਰ ਤੋਂ ਤੈਨੂੰ ਕੀ ਲੱਗਦਾ ਬੋਡੀ ਕਿ ਭੁੱਖ ਮਰੀ ਹੈ ਮੈਂ ਪੋਜ ਬਣਾਇਆ ਨਾ ਹੁਣ ਤੇਜੀ ਕਹਿੰਦਾ ਭੁੱਖ ਮਰੀ ਲੱਗਦੀ ਹੈ ਸਾਲਾ ਕਹਿੰਦਾ ਮੈਂ ਨਾ ਮੈਂ ਨਾ ਉਹ ਬਣਾਇਆ ਮੇਰਾ ਬਾਈ ਸਾਹਿਬ ਨਾਲੋਂ ਵੱਡਾ ਮੈਂ ਕਿਹਾ ਬਾਈ ਸਾਹਿਬ ਦੇਖ ਰਹੇ ਇਹਨੂੰ ਵੀਡੀਓ ਭੇਜੀ ਮੈਂ ਜੋਲੀ ਉੱਥੇ ਦੋ ਮੁੰਡੇ ਖੜੇ ਨੇ ਕਾਊਂਟਰ ਕੋਲ ਕਹਿੰਦਾ ਜੀ 70 ਕਿਲੋ ਮੈਂ 70 ਕਿਲੋ ਗਾਉਂ ਕਹਿੰਦਾ ਦੋਨੋਂ ਫਲੈਕਸ ਕਰੋ ਕਹਿੰਦਾ ਕਹਿੰਦਾ ਜੀ ਦੇਖੋ ਤੇਜੀ ਦੇ ਦੋ ਵੀਡੀਓ ਸ਼ੂਟ ਕਰਦੀ ਅੱਜ ਨਹੀਂ ਗੱਲ ਸੁਣ ਮੈਂ ਇਹਨੂੰ ਕੀ ਮੈਂ ਤੈਨੂੰ ਕਹਿਣਾ ਮੈਂ ਕਿਹਾ ਪ੍ਰਿੰਸ ਫਲੈਕਸ ਕਰੀ ਮੈਂ ਕਿਹਾ ਪ੍ਰਿੰਸ ਫਲੈਕਸ ਕਰੀ ਮੈਂ ਕਿਹਾ ਤੇਜੀ ਕਿਵੇਂ ਲੱਗਦਾ ਕਹਿੰਦਾ ਭੁੱਖ ਮਰੀ ਲੱਗਦੀ ਦੇਖ ਲੈ ਬੋਲਿਆ ਹੁਣ ਇਹ ਭੁੱਖ ਮਰੀ ਨਹੀਂ ਹੁੰਦੀ ਹਾਂ ਸਾਰਾ ਐਡੀ ਭੁੱਖ ਮਰੀ ਨਹੀਂ ਹੁੰਦੀ ਬਾਹਲਾ ਕਮਜ਼ੋਰ ਭੁੱਖ ਮਰੀ ਲੱਗਦੀ ਹੈ ਕਿਉਂ ਖੇਡਦੇ ਆ ਲੈ ਬੋਲਿਆ ਬਾਈ ਅਸੀਂ ਆਏ ਸੀਗੇ ਕੁੱਲੜ ਪੀਜ਼ਾ ਖਾਣ ਜਿਵੇਂ ਕਿ ਕੁਛ ਲੋਕਾਂ ਨੂੰ ਪਤਾ ਕੁਛ ਨੂੰ ਨਹੀਂ ਪਤਾ ਵੀ ਬਠਿੰਡੇ ਵੀ ਕੁੱਲੜ ਪੀਜ਼ਾ ਖੁੱਲ੍ਹ ਗਿਆ
ਆਪ ਇੱਕ ਉੱਧਰ ਸ਼ਕਲ ਦੇਖੋ ਕੁੱਲੜ ਪੀਜ਼ੇ ਦੀ, ਬਹੁਤ ਘੈਂਟ ਲੱਗ ਰਿਹਾ। ਹੁਣ ਤੁਹਾਨੂੰ ਖਾ ਕੇ ਦੱਸਦੇ ਹਾਂ ਕਿਵੇਂ ਆ, ਫਿਰ ਉਦੋਂ ਬਾਅਦ ਤੁਹਾਨੂੰ ਦੱਸਾਂਗੇ ਕਿੱਥੇ ਬਾਈ ਖੜਦਾ, ਕੀ ਟਾਈਮਿੰਗ ਹੈ, ਸਾਰਾ ਹਿਸਾਬ ਕਿਤਾਬ। ਠੀਕ ਹੈ, ਲੈ ਮੈਨੂੰ ਮੂੰਹ ਚੱਕ ਪਹਿਲੇ ਦਾ ਗਰਮ ਗਰਮ, ਮੈਂ ਤੂੰ ਮੂੰਹ 'ਚ ਪਾ ਪਟਰੋਲ ਦੀ ਸਾਰਾ। ਤਪ ਬਹੁਤ ਘੈਂਟ ਹੈ, ਸਾਡੇ ਸਾਹਮਣੇ ਬਣਾਇਆ ਬਾਈ ਨੇ, ਬਹੁਤ ਵਧੀਆ ਚੀਜ਼ ਲੱਗਦੀ ਹੈ। ਬਾਕੀ ਖਾਣ ਤੋਂ ਬਾਅਦ ਪਤਾ ਲੱਗੂਗਾ ਕਿਵੇਂ ਹੈ, ਤੁਹਾਨੂੰ ਜਨਰਲ ਰਿਵਿਊ ਦੇਵਾਂਗੇ ਇਹਦਾ। ਵਧੀਆ ਲੈ ਵੀ ਬੰਦੇ ਨੇ ਪਾਸ ਕਰਤਾ, ਮਤਲਬ ਵਧੀਆ ਸਵਾਦ ਹੈ। ਹੁਣ ਅਸੀਂ ਖਾਵਾਂਗੇ, ਤੁਹਾਨੂੰ ਮੈਂ ਦੱਸ ਦਿੰਦਾ ਕਿੱਥੇ ਬਾਈ ਖੜਦਾ ਕਿੱਥੇ ਨਹੀਂ ਖੜਦਾ। ਛੱਡਣ 'ਤੇ ਨਹੀਂ ਆ ਰਿਹਾ, ਇੰਨਾ ਸਵਾਦ ਲੱਗਿਆ। ਆਹ ਬਾਈ ਹੈਗੇ ਬਾਈ ਜਿਨ੍ਹਾਂ ਦਾ ਆਪਦਾ ਅੱਡਾ ਕੁੱਲੜ ਪੀਜ਼ੇ ਦਾ। ਵੀਰੇ ਪਹਿਲਾਂ ਤਾਂ ਨਾਮ ਦੱਸ ਦਿਓ ਆਪਦਾ। ਵੀਰੇ ਮੇਰਾ ਨਾਮ ਰੋਬਿਨ ਹੈ ਸਰ। ਠੀਕ ਹੈ ਵੀਰੇ, ਕਿੱਥੋਂ ਬਿਲੋਂਗ ਕਰਦੇ ਹੋ ਤੁਸੀਂ? ਅਸੀਂ ਮਾਨਸਾ। ਠੀਕ ਹੈ ਬਾਈ, ਹੈਗੇ ਮਾਨਸੇ ਤੋਂ ਅਤੇ ਬਠਿੰਡੇ ਸਪੈਸ਼ਲ ਕੰਮ ਕਰਨ ਆਇਆ ਕੁੱਲੜ ਪੀਜ਼ੇ ਦਾ। ਵੀਰੇ ਜਿਵੇਂ ਕਿ ਅਸੀਂ ਤੁਹਾਡਾ ਹੁਣ ਤੁਸੀਂ ਬਣਾ ਕੇ ਦਿੱਤਾ ਸਾਨੂੰ, ਬਹੁਤ ਵਧੀਆ ਲੱਗਿਆ, ਬਹੁਤ ਟੇਸਟੀ ਚੀਜ਼ ਸੀ ਯਾਰ। ਤੁਸੀਂ ਇਹ 'ਚ ਕੀ ਕੁਛ ਪਾਉਂਦੇ ਹੋ, ਥੋੜ੍ਹਾ ਇਹ ਵੀ ਦੱਸ ਦਿਓ ਤਾਂ ਕਿ ਲੋਕਾਂ ਨੂੰ ਐਨ ਹੋਵੇ, ਹੈ ਨਾ, ਕੀ ਚੀਜ਼ ਪਾਈ ਹੈ ਕੀ ਚੀਜ਼ ਨਹੀਂ ਪਾਈ ਹੋਈ। ਸਰ ਅਸੀਂ ਜਿਹੜਾ ਆਪਣਾ ਬੇਸ ਹੁੰਦਾ ਨਾ ਜੀ, ਬੇਸ ਨੂੰ ਪਹਿਲਾਂ ਕ੍ਰਸ਼ ਕਰਕੇ ਉਹਨੂੰ ਉਹਦੇ ਵਿੱਚ ਪਨੀਰ, ਸੁੱਕਾ ਦੁੱਧ ਅਤੇ ਚੌਲਾਂ ਦਾ ਆਟਾ, ਦੋ ਤਿੰਨ ਤਰ੍ਹਾਂ ਦੇ ਹੋਰ ਆਟੇ ਹੁੰਦੇ, ਯਾਨੀ ਕਿ ਮੈਦੇ ਦੀ ਬਹੁਤ ਘੱਟ ਮਾਤਰਾ ਹੁੰਦੀ ਹੈ, ਤਾਂ ਕਿ ਅਸੀਂ ਲੋਕਾਂ ਦਾ ਸਿਹਤ ਵੱਲ ਵੀ ਧਿਆਨ ਰੱਖਦੇ ਹਾਂ। ਮੈਦਾ ਯਾਨੀ ਕਿ ਪੂਰੇ ਬੇਸ ਦੇ ਵਿੱਚ 10% ਹੀ ਰਹਿ ਜਾਂਦਾ ਜੀ, ਆਟਾ ਹੁੰਦਾ ਗਾ ਅਤੇ ਸੁੱਕਾ ਦੁੱਧ ਦਾ ਬੇਸ ਹੁੰਦਾ ਸਾਰਾ। ਅਤੇ ਉਹ ਤੋਂ ਬਾਅਦ ਸਵੀਟ ਕੋਰਨ ਪੈਂਦੇ ਆ ਜੀ, ਚੀਜ਼ ਪੈਂਦੀ ਹੈ, ਕਰੀਮ ਪੈਂਦੀ ਹੈ, ਕਰੀਮ ਆਪਾਂ ਅਮੂਲ ਦੀ ਵਰਤੀ ਹੈ। ਹਾਂ ਜਿਵੇਂ ਕਿ ਮੈਂ ਤੁਹਾਨੂੰ ਦਿਖਾ ਚੁੱਕਿਆ ਕਿ ਬਾਈ ਸਾਰਾ ਆਲਰੇਡੀ ਬ੍ਰਾਂਡਡ 'ਚ ਯੂਜ਼ ਕਰਦੇ ਆ ਆਪਣੇ ਕੋਲ। ਸਰ ਐਂ ਲਾ ਲਓ ਵੀ ਜੇ ਤਾਂ ਤੁਸੀਂ ਸੰਡੇ ਨੂੰ ਆਓਗੇ ਨਾ ਸਰ, ਤੁਹਾਨੂੰ ਸੰਡੇ ਨੂੰ ਘੱਟੋ ਘੱਟ 1 ਘੰਟੇ ਦੀ ਵੇਟਿੰਗ ਮਿਲੇਗੀ ਜੀ। ਅਤੇ ਬਾਈ ਜੇ ਕੋਈ ਆਪਣੇ ਥਰੂ ਆਊਗਾ ਫਿਰ ਬਾਈ ਆਪਾਂ ਉਹਨੂੰ 10% ਲੈਸ ਕਰਕੇ ਲਾਵਾਂਗੇ। ਅਤੇ ਬਾਈ ਜਿਮ ਜੁੰਮ ਵਾਲੇ ਮੁੰਡੇ ਵੀ ਆਉਂਦੇ ਆ ਬਾਈ ਖਾਣ? ਬਾਈ ਜਿਮ ਜਿੰਮ ਵਾਲੇ ਪੂਰਾ, ਜਿਵੇਂ ਅਸੀਂ ਹੁਣ ਸੋਚਿਆ, ਮੈਂ ਕਿਹਾ ਯਾਰ ਅਸੀਂ ਪਹਿਲੀ ਵਾਰੀ ਫਸਟ ਟਾਈਮ ਆਏ ਸੀਗੇ, ਮੈਂ ਕਿਹਾ ਚਲੋ ਖਾ ਕੇ ਜਾਂਦੇ ਹਾਂ। ਕੋਈ ਆਇਲੀ ਨਹੀਂ ਹੁੰਦਾ, ਕੋਈ ਫਰਾਈ ਨਹੀਂ ਹੁੰਦਾ, ਇਹ ਬੇਕ ਹੁੰਦਾ ਗਾ, ਨਾਲੇ ਐਂ ਕੋਈ ਮੈਦਾ ਮੁੱਦਾ ਨਹੀਂ ਹੁੰਦਾ ਬਾਹਲਾ, ਯਾਨੀ ਕਿ ਹੈਲਥੀ ਚੀਜ਼ ਹੁੰਦੀ ਹੈ ਇੱਕ ਤਰ੍ਹਾਂ ਦੀ। ਬਹੁਤ ਵਧੀਆ ਸਾਨੂੰ ਲੱਗਿਆ ਆਹ ਬਾਈ ਦਾ ਸਾਰਾ ਸਿਸਟਮ ਹੈ, ਤੁਸੀਂ ਦੇਖੋ ਜਮਾਂ ਸਾਫ਼ ਕੰਮ ਹੈ, ਕੋਈ ਇੱਦੀ ਉਹ ਨਹੀਂ ਹੈਗੀ, ਜਮਾਂ ਬੰਦੇ ਨੇ ਕਲੀਅਰ ਕੰਮ ਕੀਤਾ ਹੋਇਆ। ਆਹ ਭੱਠੀ ਜਿਹੇ 'ਚ ਬਾਈ ਦਾ ਬੰਦਾ ਸਮਾਨ, ਤੁਹਾਨੂੰ ਫਰੰਟ ਦਿਖਾ ਦੇਣਾ ਅੱਗੋਂ ਦੀ। ਆਹ ਦੇਖੋ ਵੀਰੇ ਇਹ ਹੈਗਾ ਬਾਈ ਦਾ ਫਰੰਟ ਕੁੱਲੜ ਪੀਜ਼ਾ ਨਾਮ 'ਤੇ, ਇੱਥੇ ਸਾਰਾ ਪ੍ਰੋਪਰ ਐਡਰੈਸ ਤੁਸੀਂ ਦੇਖ ਸਕਦੇ ਹੋ ਵੀਰੇ। ਜਿਹੜਾ ਚੌਂਕ ਹੈ ਆਪਣਾ ਏਸੀ ਮਾਰਕੀਟ ਦੇ ਸਾਹਮਣੇ, ਜਿਹੜਾ ਫਾਇਰ ਆਰ ਐੱਸ ਮਾ ਚੌਂਕ ਫਾਇਰ ਬ੍ਰਿਗੇਡ ਦੇ ਕੋਲ, ਠੀਕ ਹੈ, ਇੱਥੇ ਬਾਈ ਖੜ੍ਹਾ ਹੁੰਦਾ। ਅਤੇ ਜਿਹੜਾ ਮਰਜ਼ੀ 6 ਵਜੇ ਬਾਈ ਟਾਈਮਿੰਗ ਕੀ ਹੈ ਸਰ? ਆਪਣੀ 5 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ। ਠੀਕ ਹੈ, 5 ਤੋਂ ਲੈ ਕੇ 11 ਵਜੇ ਤੱਕ ਦੀ। ਅਤੇ ਬਾਈ ਬਹੁਤ ਵਧੀਆ ਚੀਜ਼ ਬਣਾਈ ਹੈ, ਸਾਡਾ ਪਰਸਨਲ ਆਪਦਾ ਰਿਵਿਊ ਹੈ ਯਾਰ, ਮਤਲਬ ਸਾਨੂੰ ਕਿਸੇ ਨੇ ਐਂ ਨਹੀਂ ਕਿਹਾ ਵੀ ਤੁਸੀਂ ਵੀਰੇ ਖਾ ਕੇ ਐਵੇਂ, ਮਤਲਬ ਵਧੀਆ ਰਿਵਿਊ ਦੇ ਦਿਉ। ਅਸੀਂ ਪਰਸਨਲ ਆਏ ਸੀ ਆਪਦਾ, ਵੈਸੇ ਖੜ ਗਏ ਅਤੇ ਸਾਨੂੰ ਸਵਾਦ ਲੱਗਿਆ। ਅਤੇ ਠੀਕ ਹੈ ਬ੍ਰਦਰ, ਬਹੁਤ ਵਧੀਆ ਲੱਗਿਆ ਸਾਨੂੰ, ਅਤੇ ਰੱਬ ਕਰੇ ਤੁਹਾਨੂੰ ਤਰੱਕੀਆਂ ਦੇਵੇ। ਠੀਕ ਹੈ ਵੀਰੇ, ਠੀਕ ਹੈ ਸਰ, ਮਿਲਦੇ ਹਾਂ। ਓਕੇ ਵੀਰੇ, ਓਕੇ।